ਤੁਸੀਂ ਵੇਖ ਰਹੇ ਹੋ ਏਬੀਪੀ ਸਾਂਝਾ ਜੋਸ਼ ਜਜ਼ਬਾ ਜਨੂਨ। ਜਨਰਲ ਜੇ ਜੇ ਸਿੰਘ ਅਕਾਲੀ ਦਲ ਟਕਸਾਲੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਸਨ, ਪਰ ਇਹਨਾਂ ਨੇ ਪਰਮਜੀਤ ਕੌਰ ਖਾਲੜਾ ਦੇ ਲਈ ਮੈਦਾਨ ਛੱਡ ਦਿੱਤਾ ਤੇ ਹੁਣ ਜੇ ਜੇ ਸਿੰਘ ਕਹਿ ਰਹੇ ਨੇ ਕੁਰਬਾਨੀ ਮੈਂ ਵੀ ਦਿੱਤੀ ਹੈ। ਖਾਲੜਾ ਦੀ ਅਗਰ ਕੁਰਬਾਨੀ ਹੈ ਤਾਂ ਕੁਰਬਾਨੀ ਮੈਂ ਵੀ ਸੀਟ ਛੱਡ ਕੇ ਦਿੱਤੀ ਹੈ। ਹੋਰ ਕੀ ਕੁਝ ਕਹਿ ਰਹੇ ਨੇ ਇਹ ਮੈਦਾਨ ਛੱਡਣ ਤੋਂ ਬਾਅਦ ਸੁਣਦੇ ਹਾਂ। ਮੈਂ ਸਮਝਦਾ ਕਿ ਮੈਂ ਇਹ ਫੈਸਲਾ ਲਿਆ, ਮੈਂ ਇਹ ਕੁਰਬਾਨੀ ਕੀਤੀ ਹੈ, ਇਹ ਵਿਅਰਥ ਵਿੱਚ ਨਹੀਂ ਹੈ। ਮੈਂ ਬਹੁਤ ਆਪਟੀਮਿਸਟਿਕ ਹਾਂ। ਇੱਕ ਤਾਂ ਮੈਂ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ ਕਿ ਜੇ ਥਰਡ ਫਰੰਟ ਨੂੰ ਪੈਦਾ ਕਰਨਾ ਹੈ, ਔਰ ਇਹਨਾਂ ਦੇ 70 ਸਾਲ ਦੀ ਸਿਆਸੀ ਗੇਮ ਤੁਸੀਂ ਜ਼ਿਆਦਾ ਜਾਣਦੇ ਹੋ। ਮੈਂ ਤਾਂ ਹੈਰਾਨ ਹਾਂ ਕਿ 70 ਸਾਲ ਤੱਕ ਸਾਡਾ ਮੂਰਖ ਬਣਾਇਆ ਗਿਆ। ਕਦੀ ਕਾਂਗਰਸ ਪਾਰਟੀ ਰਾਜ ਕਰ ਰਹੀ ਹੈ ਅਤੇ ਕਦੀ ਅਕਾਲੀ ਦਲ ਰਾਜ ਕਰ ਰਿਹਾ, ਔਰ ਆਪਸ 'ਚ ਪਿੱਛੇ ਮਿਲੀ ਭੁਗਤ ਹੈ। ਹੁਣ ਤੁਹਾਡਾ ਵਾਰੀ ਆ ਗਈ। ਮੈਨੂੰ ਯਾਦ ਹੈ ਜਦੋਂ ਅਸੀਂ 2017 ਦੀ ਇਲੈਕਸ਼ਨ ਹਾਰੇ ਸੀ, ਸੁਖਬੀਰ ਬਾਦਲ ਦਾ ਸਟੇਟਮੈਂਟ ਸੀ, ਚਲੋ ਜੀ ਅਸੀਂ ਬਹੁਤ ਕਰ ਲਿਆ 10 ਸਾਲ, ਹੁਣ 5 ਸਾਲ ਥੋੜ੍ਹਾ ਰੈਸਟ ਕਰਦੇ ਹਾਂ, ਉਹ ਤੋਂ ਬਾਅਦ ਸਾਡੀ ਵਾਰੀ ਆਉਣੀ ਹੈ ਫਿਰ। ਮਤਲਬ ਇਹ ਸਿਆਸਤ ਦੀ ਗੇਮ ਸਮਝ ਕੇ ਖੇਡ ਰਹੇ ਨੇ। ਇਹ ਤਾਂ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਕਿ ਅਸੀਂ ਨਹੀਂ ਸਮਝ ਸਕੇ 70 ਸਾਲ। ਅਤੇ ਮੈਨੂੰ ਆਹੀ ਲੋਕਾਂ ਦੇ ਸਾਹਮਣੇ ਇੱਕ ਰਿਕੁਐਸਟ ਹੈ ਕਿ ਇਹ ਦੋ ਕਰਪਟ ਪਾਰਟੀਆਂ ਦੇ ਹੋਰ ਮਿਸ ਰੂਲ ਨੂੰ ਅੱਗੇ ਨਾ ਅਸੀਂ ਵਧਣ ਦਈਏ, ਇਹਨਾਂ ਦੀ ਸੈਂਚੁਰੀ ਨਾ ਬਣਨ ਦਈਏ। ਜੇ ਸੈਂਚੁਰੀ ਬਣ ਗਈ ਫਿਰ ਸੈਕਿੰਡ ਸੈਂਚੁਰੀ ਇਹਨਾਂ ਦੇ ਪੁੱਤਰ ਪੋਤਰੀਆਂ ਉਹ ਕਰਨਗੇ, ਔਰ ਡਬਲ ਸੈਂਚੁਰੀ ਬਣ ਜਾਣੀ ਇਹਨਾਂ ਦੀ, ਪੰਜਾਬ ਦਾ ਬੇੜਾ ਗਰਕ ਹੋ ਜਾਣਾ। ਮੈਂ ਪੰਜਾਬ ਦੇ ਹਿੱਤ ਵਾਸਤੇ ਮੈਂ ਕੁਰਬਾਨੀ ਕਰ ਰਿਹਾ, ਔਰ ਮੈਂ ਨਹੀਂ ਸਮਝਦਾ ਕਿ ਮੈਂ ਮੈਦਾਨੇ ਜੰਗ ਨੂੰ ਛੱਡ ਕੇ ਜਾ ਰਿਹਾ। ਇਹ ਤਾਂ ਛੋਟੇ ਛੋਟੇ ਦਿਮਾਗ ਹੁੰਦੇ ਨੇ ਜਿਹੜੇ ਇਹੋ ਜਿਹੀ ਗੱਲ ਕਰਦੇ ਨੇ, ਜਿਹੜੇ ਵੱਡੇ ਪਿਕਚਰ ਨੂੰ ਦੇਖਦੇ ਨੇ, ਜੋ ਜਿਹਨਾਂ ਦੀ ਵਿਜ਼ਨ ਹੈਗੀ ਕਿ ਪੰਜਾਬ ਨੂੰ ਬਚਾਓ, ਇਹਨਾਂ ਮਗਰ ਮੱਛਾਂ ਤੋਂ ਬਚਾਓ, ਉਹ ਇਹੋ ਜਿਹਾ ਕਦੀ ਨਹੀਂ ਸੋਚਣਗੇ। ਉਹ ਸੋਚਣਗੇ ਜਨਰਲ ਸਾਹਿਬ ਨੇ ਕੁਰਬਾਨੀ ਕੀਤੀ ਹੈ, ਕੋਈ ਕੌਜ਼ ਵੱਡਾ ਹੈ, ਔਰ ਮੇਰਾ ਕੌਜ਼ ਬਹੁਤ ਵੱਡਾ ਹੈ, ਪੰਜਾਬ ਨੂੰ ਬਚਾਉਣਾ ਹੈ। ਔਰ ਪੰਜਾਬ ਦੇ ਜਿੰਨੇ ਵਾਸੀ ਸਾਡੇ ਬਾਹਰ ਬੈਠੇ ਨੇ, ਦੂਰ ਫੋਰਨ ਕੰਟਰੀ 'ਚ ਬੈਠੇ ਨੇ, ਸਾਡੇ NRI ਭਰਾ ਹੈ ਨੇ, ਸਾਰਿਆਂ ਨੂੰ ਮੈਂ ਮੈਸੇਜ ਦੇ ਰਿਹਾ, ਤੁਸੀਂ ਸਾਡੇ ਕੈਂਡੀਡੇਟ ਇਸ ਵੇਲੇ ਜਿਹੜੀ ਖਡੂਰ ਸਾਹਿਬ ਤੋਂ ਖੜ੍ਹੇ ਹੋ ਰਹੇ ਨੇ, ਬੀਬੀ ਖਾਲੜਾ ਜੀ ਨੂੰ ਭਰਪੂਰ ਮਦਦ ਕਰੋ। ਇੱਥੇ ਦੇ ਵਿੱਚ ਜਿੰਨੇ ਮੇਰੇ ਸਮਰਥਕ ਨੇ, ਮੇਰਾ ਧੜਾ ਬੜਾ ਸਟਰੋਂਗ ਹੈ। ਮੈਂ ਤੁਹਾਨੂੰ ਦੱਸ ਰਿਹਾ ਕਿ ਬੀਬੀ ਖਾਲੜਾ ਜੀ ਦੀ ਤਾਕਤ ਹੈ, ਪਰ ਮੇਰੀ ਵੀ ਤਾਕਤ, ਮੇਰੀ ਵੀ ਕੁਰਬਾਨੀ ਕੋਈ ਘੱਟ ਨਹੀਂ ਹੈ। ਤੁਸੀਂ ਵੇਖ ਰਹੇ ਹੋ ABP ਸਾਂਝਾ ਜੋਸ਼ ਜਜ਼ਬਾ ਜਨੂਨ।